ਮੈਂ ਉਹਨੂੰ ਸਟੇਸ਼ਨ ਬੰਦ ਕਰਤਾ ਨਾ ਅਤੇ ਤੁਰ ਕੇ ਤਾਂ ਜਾਂਦੀ ਸੀ ਰੇਲ ਗੱਡੀ ਸਿੱਧੀ ਅਤੇ ਉੱਥੋਂ ਸਵਾਰੀਆਂ ਲੈ ਕੇ ਆਉਂਦੀ ਸੀ। ਹੁਣ ਤੁਹਾਨੂੰ ਮਸਜਿਦ ਵਿਖਾਉਣੀ ਥੋੜ੍ਹੀ ਇਹ ਬੰਦ ਕੀਤਾ ਦਾ ਸਟੇਸ਼ਨ ਨਹੀਂ ਇਸ ਤਰ੍ਹਾਂ ਦੀ ਬਿਲਡਿੰਗ ਨਹੀਂ ਬਣਦੀ। ਪੱਥਰ ਇਹ ਕਿਆਮਤ ਹੀ ਕਰਨਾ, ਖੁਰਨਾ ਨਾ ਟੁੱਟਣਾ ਨਾ ਢਲਣਾ ਨਾ ਡਿੱਗਣਾ, ਇਤਨੀ ਮਜ਼ਬੂਤ ਬਿਲਡਿੰਗ ਹੈ, ਬੜੀ ਹੈਵੀ ਬਿਲਡਿੰਗ ਬਣੀ ਹੋਈ ਹੈ। ਇਹ ਮਸਜਿਦ ਵੀ ਮਾਸ਼ਾਅੱਲਾ ਸੀ ਪੱਥਰ ਦੀ ਬਣੀ ਹੈ ਨਾ। ਅਜੇ ਚੋਖਾ ਥੱਕ ਜਾਂਦੇ ਹੋ ਤਾਂ ਮੈਂ ਇੱਕ ਹੋਰ ਹਾਲ ਦੱਸਣਾ ਯਾਰ। ਆਵੇ ਤੇ ਜੋ ਸਾਡੀਆਂ ਸੈਂਟੀਆਂ ਖੜੀਆਂ ਆਈਆਂ 20 ਰੁਪਏ ਵਿੱਚ ਤੇ ਉਹ ਦੱਸੋ ਵੀ ਕਹਿੰਦੇ ਬਿਜਲੀ ਦੀ ਚੱਲਦੀ ਹੈ ਪੈਡਲ ਵੀ ਨਹੀਂ ਮਾਰਦੇ ਬੱਚੇ। ਜਿਹੜਾ ਚੋਖਾ ਥੱਕ ਜਾਵੇ ਉਹ 20 ਰੁਪਏ ਵਿੱਚ ਖੜੀ ਸਾਈਕਲ ਹੀ ਕੱਟ ਲਈ 20 ਰਿਆਲ 20 ਰਿਆਲ ਲੈਂਦੇ ਨੇ ਉਸ ਸਾਈਕਲ ਦਾ ਕਿਰਾਇਆ। ਹਾਂ ਇੱਟਿਆਂ ਵਾਸਤੇ ਤਾਂ ਚਲਦੀ ਵੀ ਬਿਜਲੀ ਤੇ ਕਿਰਾਇਆ ਵੀ ਬੜਾ ਆਪਾਂ ਨੂੰ। ਹਾਂ ਇਹ ਲੈ ਕੇ ਤਾਂ ਬੇਸ਼ੱਕ ਸਾਰਾ ਮਦੀਨਾ ਵੀ ਹਾਂ ਚੋਨਾ ਦਾ ਸਟੇਸ਼ਨ। ਮੈਂ ਅੱਗੇ ਆਖਿਆ ਤੁਰਕ ਦੇ ਵਿੱਚ ਨੇ ਬੰਦੇ ਐ ਮਸਜਿਦ ਉਹਨਾਂ ਬਣਾਈ ਹੈ ਜੀ। ਹਾਂਜੀ ਇਹ ਉਸਮਾਨੀਆ ਘੁੰਮਤ ਚ ਬਣੀ ਹੋਣੀ ਫਿਰ। ਹਾਂ ਹਾਂ ਉਸਮਾਨ ਨੇ ਬਣਵਾਈ ਇਹ ਮਸਜਿਦ ਤਕਰੀਬਨ। ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਸੁਭਾਨ ਅੱਲਾ। 600 ਸਾਲ ਘੁੰਮਤ ਹੁੰਦੀ ਹੋਈ ਹੈ ਤੇ ਫਿਰ ਉਹਨੇ ਕੀਤੇ ਨੇ ਕੰਮ। 100 ਸਾਲ ਤਾਂ ਉਹਨਾਂ ਨੂੰ ਘੁੰਮਤ ਛੱਡੀ ਨੂੰ ਹੋ ਗਿਆ ਉਸਮਾਨ ਕਿਆ ਨੂੰ, ਤੇ 100 ਸਾਲ ਤੇ ਇਹਨਾਂ ਨੂੰ ਬੰਦ ਹੋਈ ਨੂੰ ਹੋ ਗਿਆ। ਇਹ ਪਤਾ 150-200 ਸਾਲ ਪੁਰਾਣੀ ਮਸਜਿਦ ਤੇ ਇਹ ਰੇਲਵੇ ਸਟੇਸ਼ਨ ਹੈ ਜੀ। ਹਾਂ ਇਹ ਤੁਰਕ ਦਾ ਜੀ ਮਾਸ਼ਾਅੱਲਾ ਸੁਭਾਨ ਅੱਲਾ ਤੁਰਕ। ਉਸਮਾਨ ਨੇ ਬਣਾਇਆ, ਉਸਮਾਨ ਅਕਤੂਬਲ ਗਾਜ਼ੀ ਦੇ ਬੇਟੇ ਉਸਮਾਨ ਨੇ। ਮਾਸ਼ਾਅੱਲਾ ਯਾਦਾਂ ਹੀ ਰਹਿ ਜਾਂਦੀਆਂ ਨੇ, ਬੰਦੇ ਟੁੱਟ ਜਾਂਦੇ ਨੇ।